ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਨਿਕਲੀ ਹੋਈ ਭਰਤੀ ਦੇ ਬਾਰੇ ਵਿੱਚ। ਪੂਰੀ ਡਿਟੇਲ 'ਚ ਗੱਲ ਕਰਾਂਗੇ, ਕੌਣ ਕੌਣ ਅਪਲਾਈ ਕਰ ਸਕਦਾ, ਕਿੱਦਾਂ ਅਪਲਾਈ ਕਰਨਾ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ, ਪੂਰੀ ਡਿਟੇਲ ਵਿੱਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਅਗਰ ਮੇਰੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਬਟਨ ਔਰ ਬੈਲ ਬਟਨ ਨੂੰ ਦੁਬਾਰਾ ਨਾ ਭੁੱਲਣਾ ਕਿਸੇ ਵੀ ਗੌਰਮੈਂਟ ਜੋਬ ਦੇ ਨਵੇਂ ਅਪਡੇਟ ਦੇ ਲਈ। ਔਰ ਸਾਡੀ ਵੈਬਸਾਈਟ www.clory.com 'ਤੇ ਵਿਜ਼ਿਟ ਕਰਨਾ ਨਾ ਭੁੱਲਣਾ, ਜਿਹਦੇ ਉੱਪਰ ਅਸੀਂ ਡੇਲੀ ਬੇਸਿਸ 'ਤੇ ਨਵੀਆਂ ਆਈਆਂ ਪ੍ਰਾਈਵੇਟ ਲਿਮਿਟਡ ਗੌਰਮੈਂਟ, ਸੈਂਟਰ ਗੌਰਮੈਂਟ, ਸਟੇਟ ਗੌਰਮੈਂਟ ਦੀ ਜੋਬਸ ਨੂੰ ਅਪਡੇਟ ਕਰਦੇ ਰਹਿੰਦੇ ਹਾਂ ਤਾਂ ਕਿ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕੋ। ਠੀਕ ਹੈ ਜੀ। ਔਰ ਉਸ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਵੀ ਸਰਕਾਰੀ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਚਲੋ ਹੁਣ ਗੱਲ ਕਰਦੇ ਹਾਂ ਅਸੀਂ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਕਿੱਦਾਂ ਅਪਲਾਈ ਕਰਨਾ। ਸਭ ਤੋਂ ਪਹਿਲਾਂ ਜਿਹੜਾ ਰਹੇਗਾ ਵਾਕ ਇਨ ਇੰਟਰਵਿਊ ਰਹੇਗਾ ਜੀ। ਇਹ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ, ਠੀਕ ਹੈ ਜੀ, ਜਿੱਦਾਂ ਕਿ ਤੁਸੀਂ ਸੁਣਿਆ ਹੈਗਾ ਸਵਰਾਜ ਲਿਮਿਟਿਡ ਹੈ, ਉੱਦਾਂ ਹੀ ਹੈ। ਠੀਕ ਹੈ ਜੀ। ਔਰ ਹੁਣ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਿ ਕਿੱਦਾਂ ਕੀ ਹੋਏਗਾ। ਸਭ ਤੋਂ ਪਹਿਲਾਂ ਤੁਹਾਡੀ ਇੰਟਰਵਿਊ ਹੀ ਹੋਏਗੀ, ਜਿਹੜੀ ਕਿ 6 ਸਤੰਬਰ ਨੂੰ ਹੈ, 11 ਸਤੰਬਰ, 12 ਸਤੰਬਰ, 20 ਸਤੰਬਰ ਔਰ 23 ਸਤੰਬਰ ਨੂੰ ਹੋਣੀਆਂ ਨੇ। ਤੁਸੀਂ ਕਦੋਂ ਮਰਜ਼ੀ ਜਾ ਕੇ ਜਿਹੜਾ ਹੈ ਇੰਟਰਵਿਊ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਕੁਆਲੀਫਿਕੇਸ਼ਨ ਦੀ। ਕੁਆਲੀਫਿਕੇਸ਼ਨ ਕੀ ਰਿਕੁਆਇਰਡ ਹੈ? 12th ਗ੍ਰੈਜੂਏਟ, ਡਿਪਲੋਮਾ, MBA, BBA, ਠੀਕ ਹੈ ਜੀ, ਔਰ PG ਡਿਪਲੋਮਾ, ਕੋਈ ਵੀ ਇਸ ਵਿੱਚੋਂ ਕੋਈ ਵੀ ਤੁਸੀਂ ਅਗਰ ਕੀਤਾ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਦੂਜੀ ਗੱਲ, ਇਹ 'ਚ ਕੋਈ ਫੀਸ ਨਹੀਂ ਹੈ, ਕੋਈ ਐਗਜ਼ਾਮ ਨਹੀਂ ਹੋਣਾ, ਡਾਇਰੈਕਟ ਭਰਤੀ ਹੋਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਏਜ ਲਿਮਿਟ ਦੀ। ਮੈਕਸੀਮਮ ਏਜ ਲਿਮਿਟ ਜਿਹੜੀ ਹੈਗੀ ਹੈ 35 ਸਾਲ ਹੈਗੀ ਹੈ। ਨੰਬਰ ਆਫ ਪੋਸਟ ਜਿਹੜੀ ਹੈਗੀ ਹੈ 71 ਹੈ ਔਰ ਪੋਸਟ ਨੇਮ ਜਿਹੜਾ ਹੈਗਾ ਟ੍ਰੇਨੀ। ਠੀਕ ਹੈ ਜੀ। ਔਰ ਇਹ 'ਚ ਜਿਹੜਾ ਸਟਾਈਫੰਡ ਮਿਲੇਗਾ 9000 ਤੋਂ ਲੈ ਕੇ 11000 ਰੁਪੀਜ਼ ਤੱਕ ਮਿਲੇਗਾ। ਠੀਕ ਹੈ ਜੀ। ਇੰਟਰਵਿਊ ਵੈਨਿਊ ਜਿਹੜਾ ਹੈਗਾ ਉਹ ਇਹਨਾਂ ਨੇ ਦਿੱਤਾ ਹੋਇਆ ਹੈ, ਇਸਪੈਤ ਜਨਰਲ ਹੋਸਪਿਟਲ, ਨਿਊ ਕਾਨਫਰੰਸ ਹਾਲ, ਸੈਕਟਰ 19, ਰੋੜਕੇਲਾ, ਓਡੀਸ਼ਾ। ਠੀਕ ਹੈ ਜੀ। ਇੱਥੋਂ ਤੁਸੀਂ ਇੱਥੇ ਜਾਣਾ ਇੰਟਰਵਿਊ ਵਾਸਤੇ। ਉਸ ਤੋਂ ਬਾਅਦ ਜੋਬ ਲੋਕੇਸ਼ਨ ਜਿਹੜੀ ਰਹੇਗੀ ਓਡੀਸ਼ਾ ਰਹੇਗੀ। ਠੀਕ ਹੈ ਜੀ। ਔਰ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਿਹੜੀ ਕੰਪਨੀ ਹੈਗੀ ਹੈ ਉਹ ਹੈਗੀ ਹੈ ਜੀ ਸੇਲ। ਠੀਕ ਹੈ ਜੀ। ਸੇਲ ਨਾਮ ਤੋਂ ਕੰਪਨੀ ਹੈ, ਤੁਸੀਂ ਸੁਣਿਆ ਹੋਏਗਾ, ਸਟੀਲ ਕੰਪਨੀ ਹੈ, ਇਹਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ। ਠੀਕ ਹੈ ਜੀ। ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਹਨਾਂ ਦੇ ਅਫੀਸ਼ੀਅਲ ਪੇਜ 'ਤੇ ਤੁਸੀਂ ਵਿਜ਼ਿਟ ਕਰਨਾ ਹੈ। ਰਾਈਟ ਸਾਈਡ 'ਤੇ ਤੁਸੀਂ ਅਗਰ ਦੇਖੋਗੇ, ਠੀਕ ਹੈ ਜੀ, ਇਹਦੇ ਵਿੱਚ ਜਿਹੜੀ ਥਰਡ ਰਿਕਰੂਟਮੈਂਟ ਆਏਗੀ, ਠੀਕ ਹੈ, ਜਿੱਦਾਂ ਇਹ ਦੇਖੋ ਉੱਪਰ ਨੋਟੀਫਿਕੇਸ਼ਨ ਉੱਪਰ ਜਾ ਰਿਹਾ, ਇਹਦੇ ਵਿੱਚ ਚੈੱਕ ਕਰੋਗੇ ਤੁਸੀਂ। ਠੀਕ ਹੈ ਜੀ। ਸੈਂਟਰਲ ਥਰਡ, ਹਾਂ ਥਰਡ ਹੋਏਗੀ, ਇਸ ਤੋਂ ਬਾਅਦ ਆਏਗੀ, ਦੇਖੋ ਆ ਗਿਆ ਰੋੜਕੇਲਾ ਸਟੀਲ ਪਲਾਂਟ ਦੇ ਲਈ। ਇਸ 'ਤੇ ਕਲਿੱਕ ਕਰਕੇ ਤੁਸੀਂ ਜਿਹੜਾ ਉਹ ਚੈੱਕ ਕਰ ਸਕਦੇ ਹੋ ਕਿ ਇਹਨਾਂ ਨੇ ਜਿਹੜੀ ਨੋਟੀਫਿਕੇਸ਼ਨ ਆਊਟ ਕੀਤਾ ਹੋਇਆ। ਠੀਕ ਹੈ ਜੀ। ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੋ ਵੀ ਇਹਦੇ ਲਈ ਐਲੀਜੀਬਲ ਨੇ ਜਾਂ ਰਿਕੁਆਇਰਡ ਹੈ ਜਿਹਨਾਂ ਨੂੰ ਜੋਬ, ਤਾਂ ਕਿ ਉਹ ਅਪਲਾਈ ਕਰ ਸਕਣ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।